ਤੁਸੀਂ ਸਵੇਰ ਤੋਂ ਉਰੇ ਖੜੇ ਹੋ 7 ਵਜੇ ਦੇ, ਤੁਸੀਂ ਇਹ ਵੀ ਦੇਖਿਆ ਹੋਣਾ ਕਿ ਲੋਕ ਨੇ ਜਿਹੜੇ ਕੰਡਕਟਰਾਂ ਡਰਾਈਵਰਾਂ ਨਾਲ ਵੀ ਲੜਦੇ ਨੇ ਸਰ, ਬਹੁਤ ਲੜਦੇ ਨੇ ਜੀ, ਖੜ ਪੈਂਦੇ ਨੇ ਧੱਕੇ ਨਾਲ। ਪਹਿਲਾਂ 120 ਸਵਾਰੀ ਹੁੰਦੀ ਸੀ ਗੱਡੀ, 130 ਦੀ ਵੀ ਸਵਾਰੀ ਹੁੰਦੀ ਸੀ PRTC ਦੇ ਵਿੱਚ। ਕੰਡਕਟਰ ਜਦ ਲੜਦੇ ਜਾਂਦੇ ਲਮਕਦੇ ਜਾਂਦੇ, ਕੋਈ ਡਿੱਗੀ ਸਵਾਰੀ ਜਾਂ ਡਿੱਗੇ ਡਰਾਈਵਰ ਤੋਂ ਕਲੇਮ ਲੈਂਦੇ ਸੀਗੇ। ਖੰਨੇ ਤੋਂ ਗੱਡੀ ਆਈ ਸੀ, ਰਾਮਗੜ੍ਹ ਤੋਂ ਸਵਾਰੀ ਭਰ ਕੇ ਆਈ, ਉਰੇ ਆ ਕੇ ਬੁੜੀ ਦੇ ਹੱਥ ਪੈਣ ਡਿੱਗੀ, ਉਹਦੇ ਪੈਰ ਮਗੇ ਮਾਰਦੀ ਗੱਡੀ ਦੇ ਟਾਇਰਾਂ ਥੱਲੇ ਆ ਗਏ। ਉਹ ਡਰਾਈਵਰ ਤੋਂ 1,70,000 ਰੁਪਏ ਲੈਤਾ ਹੈ, ਬੇਕਸੂਰਤ ਬਜ਼ੁਰਗ, ਉਹਨੂੰ 1,70,000 ਰੁਪਏ ਦੇਣਾ ਕਿੰਨਾ ਮੁਸ਼ਕਿਲ ਲੱਗਿਆ। ਜੇ ਸਰਕਾਰ ਇਹੋ ਜਿਹੇ ਕਾਨੂੰਨ ਪਾਸ ਕਰੂਗੀ ਤਾਂ ਲੋਕਾਂ ਦਾ ਵਿਰੋਧ ਆ ਜਿਹੜਾ ਉਹ ਤਾਂ ਲਾਜ਼ਮੀ ਆ। ਇਹ ਕੇਂਦਰ ਸਰਕਾਰ ਨੇ ਆਪਦੀ ਮਨਮਾਨੀ ਕਰਨੀ ਸ਼ੁਰੂ ਕੀਤੀ ਆ, ਕਦੇ ਉਹ NRC ਵਰਗੇ ਕਾਨੂੰਨ ਲਿਆਉਂਦੇ ਨੇ, ਕਦੇ ਖੇਤੀ ਕਾਨੂੰਨਾਂ ਦੇ ਲਿਆਉਂਦੇ ਨੇ, ਮਤਲਬ ਆਪਦੀ ਮਨਮਰਜ਼ੀ ਕਰ ਰਹੇ ਨੇ। ਲੋਕਾਂ ਬਾਰੇ ਉਹਨਾਂ ਨੂੰ ਨਾ ਸੋਚਣ ਦਾ ਟਾਈਮ ਆ, ਨਾ ਹੀ ਉਹਨਾਂ ਬਾਰੇ ਸੋਚ ਰਹੇ ਨੇ। ਬਸ ਪਹਿਲੀ ਕੋਈ ਤਾਂ ਰੋਕਦੀ ਨਹੀਂ, ਕੋਈ ਐਂ ਲੈ ਜਾਂਦਾ ਨਹੀਂ। ਇਹਨੂੰ ਅਸੀਂ ਬਹੁਤ ਮਾੜੀ ਗੱਲ ਕਹਿਣਾ ਚਾਹੁੰਦੇ ਜੀ, ਭਗਵੰਤ ਮਾਨ ਦੀ ਸਭ ਤੋਂ ਪੰਜਾਬ ਸਰਕਾਰ ਦੀ ਬਹੁਤ ਮਾੜੀ ਗੱਲ ਹੈ ਜੀ ਸਰ, ਪੜ੍ਹਾਈ ਖਰਾਬ ਹੁੰਦੀ ਹੈ ਜੀ। ਅਸੀਂ ਸਟੈਨੋ ਕਰਦੇ ਹਾਂ, ਜੇ ਕਲਾਸ 'ਚ ਲੇਟ ਹੋ ਜਾਈਏ ਤਾਂ 4 ਦਿਨਾਂ ਦਾ ਬੈਨ ਲਾ ਦਿੰਦੇ ਨੇ, 100 ਰੁਪਇਆ ਭਰਨਾ ਪੈਂਦਾ ਜੀ। ਮੈਨੂੰ ਤਕਰੀਬਨ ਸਵੇਰੇ 7:30 ਵਜੇ ਦੇਖ ਲਈ ਜੀ। ਕਿੱਥੇ ਜਾਣਾ ਸੀ ਤੁਸੀਂ? ਮੈਂ ਤਾਂ ਉਰੇ ਭਵਾਨੀ ਲੋਕਲ ਕੰਮ ਕਰਦਾ ਜੀ, ਬੱਸ ਸਟੈਂਡ ਦੇ ਉੱਤੇ। ਓਕੇ ਓਕੇ, ਕਿਸ ਤਰ੍ਹਾਂ ਆਪਾਂ ਦੇਖ ਸਕਦੇ ਹਾਂ ਵੀ ਉਰੇ ਲੋਕਾਂ ਨੂੰ ਕਿੰਨਾ ਕੁ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਾਨੂੰਨ ਤੋਂ ਬਾਅਦ? ਮੁਸ਼ਕਿਲਾਂ ਤਾਂ ਵੀਰੇ ਇੰਨੇ ਆ ਵੀ ਜਿਹੜੇ ਸਰਕਾਰ ਵੱਲੋਂ ਹੁਕਮ ਦਿੱਤੇ ਜਾਂਦੇ ਨੇ, ਮੰਤਰੀ ਸਾਹਿਬ ਵੱਲੋਂ ਕਿਹਾ ਗਿਆ ਵੀ 52 ਸਵਾਰੀਆਂ ਗੱਡੀ ਦੇ ਵਿੱਚ ਅਲਾਊਡ ਨੇ, 52 ਸਵਾਰੀਆਂ ਬੈਠਣ ਵਿੱਚ ਲੋਕ ਪਰੇਸ਼ਾਨੀ ਇਸ ਕਰਕੇ ਮੰਨਦੇ ਨੇ, ਜਿਹਨਾਂ ਡਿਊਟੀ ਜਾਣਾ ਹੁੰਦਾ ਗਾ ਅਤੇ ਉਹਨਾਂ ਦੇ ਜਾਣੇ ਜਾਣਾ ਹੁੰਦਾ, ਬੱਚੇ ਨੇ ਪੜ੍ਹਨ ਜਾਣਾ ਉਹਨਾਂ ਨੇ ਵੀ ਜਾਣਾ, ਜਿਹੜੇ ਮਾਗੇ ਬੁੜੀਆਂ ਜਿਵੇਂ ਗੁਰਦੁਆਰਾ ਸਾਹਿਬ ਜਾਂਦੀਆਂ ਨੇ, ਅੜੀ ਸਾਹਿਬ ਜਾਂਦੇ ਨੇ ਜਾਂ ਹਰਿਮੰਦਰ ਸਾਹਿਬ ਜਾਂਦੇ ਨੇ, ਜਿਵੇਂ ਉਹਨਾਂ ਵਾਸਤੇ ਕੋਈ ਨਿਯਮ ਬਣਾਇਆ ਜਾਵੇ, ਜਿਵੇਂ ਸਵੇਰੇ ਜੋ ਬੁੜੀਆਂ ਫਰੀ ਆਧਾਰ ਕਾਰਡ ਨੇ ਉਹਨੂੰ 10 ਵਜੇ ਤੋਂ ਬਾਅਦ ਲਾਗੂ ਕੀਤਾ ਜਾਵੇ, ਵੀ ਜੇ ਸਵੇਰੇ ਡਿਊਟੀ ਵਾਲੇ ਨੇ ਡਿਊਟੀ ਜਾਣਾ ਗਾ ਜਾਂ ਬੱਚੇ ਨੇ ਉਹਨੇ ਪੇਪਰ ਦੇਣ ਜਾਣਾ ਜਾਂ ਸਕੂਲ ਜਾਣਾ, ਵੀ ਕਿਸ ਤਰ੍ਹਾਂ ਵੀ ਉਹ ਬੱਚਿਆਂ ਨੂੰ ਜਾਂ ਮੈਂ ਕਿ ਜੋ ਵੀ ਮੁਲਾਜ਼ਮ ਨੇ ਉਹਨੂੰ ਕੋਈ ਪਰੇਸ਼ਾਨੀ ਨਾ ਆਵੇ। ਸਾਡਾ ਕਹਿੰਦਾ ਵਾ ਵੀ ਇਹ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਅਸੀਂ ਤਾਂ ਉਪਜੋਰ ਵੀ ਜੋ ਵੀ ਇਹ ਨਿਯਮ ਆ ਇਹ ਲਾਗੂ ਕੀਤਾ ਜਾਵੇ, ਵੀ ਜੋ ਡਰਾਈਵਰ ਕੰਡਕਟਰ ਨਾਲ ਧੱਕਾ ਸਾਈ ਹੋ ਰਿਹਾ ਉਹ ਬੰਦ ਕੀਤੀ ਜਾਵੇ, ਜਿਵੇਂ ਕਿ ਆਡਿਟ ਰਨ ਬਣਾਇਆ ਗਿਆ, ਕਾਨੂੰਨ ਬਣਾ ਰਹੇ ਹੋਗੇ ਆਪਾਂ, ਵੀ ਉਹਦੇ ਮੁਤਾਬਕ ਇਹ ਬਿਲਕੁਲ ਸਹੀ ਚੱਲ ਰਿਹਾ ਹੈਗਾ। ਅਸੀਂ ਇਹੀ ਬੇਨਤੀ ਕਰਾਂਗੇ ਸਰਕਾਰ ਨੂੰ ਵਾਰ ਵਾਰ ਵੀ ਜਾਂ ਤਾਂ ਸਵੇਰੇ ਵੀ ਜਿਹੜੇ ਵੀ ਮੁਲਾਜ਼ਮ ਜਾਂਦੇ ਨੇ ਜਾਂ ਪ੍ਰਾਈਵੇਟ ਗੱਡੀ ਜਾਣ ਜਾਂ ਸਰਕਾਰੀ ਜਾਣ, ਜਾਂ ਤਾਂ ਉਹ ਅੱਧਾ ਟਿਕਟ ਲਾਗੂ ਕੀਤਾ ਜਾਵੇ। ਨਹੀਂ, ਤੁਸੀਂ ਸਵੇਰ ਤੋਂ ਉਰੇ ਖੜੇ ਹੋ 7 ਵਜੇ ਦੇ, ਤੁਸੀਂ ਇਹ ਵੀ ਦੇਖਿਆ ਹੋਣਾ ਕਿ ਲੋਕ ਨੇ ਜਿਹੜੇ ਕੰਡਕਟਰਾਂ ਡਰਾਈਵਰਾਂ ਨਾਲ ਵੀ ਲੜਦੇ ਨੇ ਸਰ, ਬਹੁਤ ਲੜਦੇ ਨੇ ਜੀ, ਖੜ ਪੈਂਦੇ ਨੇ ਧੱਕੇ ਨਾਲ। ਪਹਿਲਾਂ 120 ਸਵਾਰੀਆਂ ਹੁੰਦੀ ਸੀ ਗੱਡੀ, 130 ਦੀ ਵੀ ਸਵਾਰੀ ਹੁੰਦੀ ਸੀ PRTC ਵਿੱਚ। ਕੰਡਕਟਰ ਜਦ ਲੜਦੇ ਜਾਂਦੇ ਲਮਕਦੇ ਜਾਂਦੇ, ਕੋਈ ਡਿੱਗੀ ਸਵਾਰੀ ਜਾਂ ਡਿੱਗੇ ਡਰਾਈਵਰ ਤੋਂ ਕਲੇਮ ਲੈਂਦੇ ਸੀਗੇ। ਉਹਨੇ ਮੇਰੇ ਅੱਖਾਂ ਦੇ ਸਾਹਮਣੇ ਬੁੱਢੀ ਕਰਾਮਗੜ੍ਹ ਤੋਂ ਆਈ ਸੀ, ਸਾਜਲੀ ਪਿੰਡ ਸੀ ਉਹਦਾ, ਉਹ ਬੱਸ ਨੂੰ ਹੱਥ ਪਾਉਣ ਲੱਗੀ, ਸਰਸੇ ਤੋਂ ਜਾਣਾ ਦੀ ਗੱਡੀ ਨੇ, ਖੰਨੇ ਤੋਂ ਗੱਡੀ ਆਈ ਸੀ, ਰਾਮਗੜ੍ਹ ਤੋਂ ਸਵਾਰੀ ਭਰ ਕੇ ਆਈ, ਉਰੇ ਆ ਕੇ ਬੁੜੀ ਦੇ ਹੱਥ ਪੈਣ ਡਿੱਗੀ, ਉਹਦੇ ਪੈਰ ਮਗੇ ਮਾਰਦੀ ਗੱਡੀ ਦੇ ਟਾਇਰਾਂ ਥੱਲੇ ਆ ਗਏ। ਉਹ ਡਰਾਈਵਰ ਤੋਂ 1,70,000 ਰੁਪਏ ਲੈਤਾ ਹੈ, ਬੇਕਸੂਰਤ ਬਜ਼ੁਰਗ, ਉਹ ਵੀ ਜਿਹੜਾ ਇੱਕ ਡਰਾਈਵਰ ਬੰਦਾ ਜਿਹੜਾ 500 ਰੁਪਏ 450 ਰੁਪਏ ਦਿਹਾੜੀ ਕਰ ਰਿਹਾ, ਉਹਨੂੰ 1,70,000 ਰੁਪਏ ਦੇਣਾ ਕਿੰਨਾ ਮੁਸ਼ਕਿਲ ਲੱਗਿਆ। ਜੇ ਹੁਣ ਕੇਸ ਪੈਂਦਾ ਕੱਲ੍ਹ ਨੂੰ ਕੋਰਟ ਦਾ ਹੁਕਮ ਆ, ਕੀ ਕਰ ਦੇ, ਸਜ਼ਾ ਵੀ ਦੇ ਸਕਦੀ ਆ, ਬਰੀ ਵੀ ਕਰ ਸਕਦੀ ਆ, ਅਲੱਗ ਅਲੱਗ ਬੱਚੇ ਪਾਲ ਦੇਵਾਂਗੇ, ਠੀਕ ਨਾ। ਕਾਨੂੰਨ ਵੱਡੀ ਗੱਡੀ ਦੇ ਅਲੱਗ ਹੁੰਦਾ, ਮੈਂ ਅੱਗੇ ਸੁੱਟ ਨਹੀਂ ਹੁੰਦਾ, ਜਾਂ ਕਾਨੂੰਨ ਇੱਦਾਂ ਬਣਾਵੇ ਜਿਹਦੀ ਗਲਤੀ ਆ ਉਹਨੂੰ ਸਜ਼ਾ ਮਿਲੇ, ਜਿਹਦੀ ਗਲਤੀ ਬੰਦਾ ਕਰਦਾ ਉਹ ਜਿਹਨੇ ਹੁੰਦਾ ਕਿ ਖੜੀ ਗੱਡੀ ਦੇ ਵਿੱਚ ਲੈ ਕੇ ਪਿੱਛੋਂ ਮਾਰਦੇ ਨੇ, ਉਹ ਜੀ ਡਰਾਈਵਰ ਦਾ ਕੀ ਕਸੂਰ ਹੈਗਾ, ਠੀਕ ਹੈ ਨਹੀਂ। ਵੀ ਜਿਹੜਾ ਕਾਨੂੰਨ ਹੈ ਸਭ ਵਾਸਤੇ ਲਾਗੂ ਕੀਤਾ, ਵੀ ਜਿਵੇਂ ਜਿਹਦੀ ਗਲਤੀ ਆ ਉਹਨੂੰ ਸਜ਼ਾ ਬਣਨੀ ਚਾਹੀਦੀ ਹੈ। ਮੈਂ ਤਾਂ ਇਹੀ ਮੰਗ ਕਰਦਾ ਸਰਕਾਰ ਤੋਂ ਵੀ ਜਿਹੜਾ ਵੀ ਕੋਈ ਕਾਨੂੰਨ ਬਣਾ ਲਓ ਉਹਨੂੰ ਸਖ਼ਤ ਬਣਾਵੋ, ਵੀ ਜਿਹਦੀ ਗਲਤੀ ਉਹਨੂੰ ਸਜ਼ਾ ਮਿਲੇ। ਸੰਗਰੂਰ ਜਾਣਾ ਜੀ। ਕਿੰਨਾ ਕੁ ਸਮਾਂ ਹੋ ਗਿਆ ਉਰੇ ਖੜੇ? 1/2 ਘੰਟਾ ਹੋ ਗਿਆ ਖੜਿਆ। ਕੋਈ ਬੱਸ ਨਹੀਂ ਮਿਲ ਨਹੀਂ ਰਹੀ? ਬੱਸ ਪਹਿਲਾਂ ਹੀ ਸੀਟਾਂ ਬੁੱਕ ਹੁੰਦੀਆਂ ਨੇ,
ਉਹ ਬੱਸ ਸਵਾਰੀ ਚਾੜਦੀ ਨਹੀਂ ਹੈ ਜੀ। ਨਹੀਂ ਰੂਟੀਨ ਦੇ ਵਿੱਚ ਜਾਂਦੇ ਹੋ ਜਾਂ ਅੱਜ ਸਪੈਸ਼ਲ ਰੂਟੀਨ 'ਚ ਜਾਂਦੇ ਕੰਮ ਕਰਦੇ? ਹਾਂਜੀ ਜੀ। ਕਿੰਨਾ ਕੁ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ ਜਿਹੜਾ PRTC ਵੱਲੋਂ? ਦੇਖੋ ਇਹ ਸਰਕਾਰ ਦੀ ਨਲਾਇਕੀ ਆ ਅਸਲ ਦੇ ਵਿੱਚ। ਜੇ ਸਰਕਾਰ ਇਹੋ ਜਿਹੇ ਕਾਨੂੰਨ ਪਾਸ ਕਰੂਗੀ ਤਾਂ ਲੋਕਾਂ ਦਾ ਵਿਰੋਧ ਆ ਜਿਹੜਾ ਉਹ ਤਾਂ ਲਾਜ਼ਮੀ ਆ। ਇਹ ਕੇਂਦਰ ਸਰਕਾਰ ਨੇ ਆਪਦੀ ਮਨਮਾਨੀ ਕਰਨੀ ਸ਼ੁਰੂ ਕੀਤੀ ਆ। ਕਦੇ ਉਹ NRC ਵਰਗੇ ਕਾਨੂੰਨ ਲਿਆਉਂਦੇ ਨੇ, ਕਦੇ ਖੇਤੀ ਕਾਨੂੰਨਾਂ ਦੇ ਲਿਆਉਂਦੇ ਨੇ, ਮਤਲਬ ਆਪਦੀ ਮਨਮਰਜ਼ੀ ਕਰ ਰਹੇ ਨੇ। ਲੋਕਾਂ ਬਾਰੇ ਉਹਨਾਂ ਨੂੰ ਨਾ ਸੋਚਣ ਦਾ ਟਾਈਮ ਆ ਨਾ ਹੀ ਉਹਨਾਂ ਬਾਰੇ ਸੋਚ ਰਹੇ ਨੇ। ਹੁਣ ਵੀ ਜਿੱਥੇ ਇਹ PRTC ਵਰਕਰਾਂ ਵੱਲੋਂ ਇਹ ਜਿਹੜੀ ਮੰਗ ਉਠਾਈ ਜਾ ਰਹੀ ਆ ਵੀ ਅਸੀਂ ਜੀ ਸੀਟਾਂ ਨੇ ਜਿਹੜੀਆਂ ਉਨੀਆਂ ਹੀ ਸਵਾਰੀ ਲਵਾਂਗੇ, ਇਹਨਾਂ ਨੂੰ ਲੋਕਾਂ ਨੂੰ ਖੱਜਲ ਕਰਨ ਦੀ ਬਜਾਏ ਨਾਲ ਇਹ ਮੰਗ ਉਠਾਉਣੀ ਚਾਹੀਦੀ ਆ ਬਈ ਬੱਸਾਂ ਨੇ ਜਿਹੜੀਆਂ ਉਹਨਾਂ ਦੀ ਹੋਰ ਭਰਤੀ ਕੀਤੀ ਜਾਵੇ ਬਜਾਏ ਇਸ ਦੇ ਵੀ ਉਹ ਸਵਾਰੀਆਂ ਨੂੰ ਖੱਜਲ ਖੁਆਰ ਕਰਨ। ਔਰ ਸਾਨੂੰ ਲੱਗਦਾ ਵੀ ਇਹਦੀਆਂ ਸਭ ਤੋਂ ਵੱਧ ਵਿਕਟਮ ਨੇ ਜਿਹੜੀਆਂ ਉਹ ਔਰਤਾਂ ਹੁੰਦੀਆਂ ਨੇ, ਕਿਉਂਕਿ ਔਰਤਾਂ ਨੇ ਜਿਹੜੀਆਂ ਉਹ ਭੱਜ ਕੇ ਬੱਸ ਨਹੀਂ ਚੜ੍ਹ ਸਕਦੀਆਂ ਅਤੇ ਬੰਦੇ ਨੇ ਜਿਹੜੇ ਫਿਰ ਵੀ ਭੱਜ ਕੇ ਬੱਸ ਚੜ੍ਹ ਜਾਂਦੇ ਨੇ। ਇਸ ਕਰਕੇ ਉਹ ਜ਼ਿਆਦਾ ਖੱਜਲ ਖੁਆਰ ਹੋ ਰਹੀਆਂ ਨੇ ਅਤੇ ਸਰਕਾਰ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ। ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ? ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਬੱਸਾਂ ਦੇ ਵਿੱਚ ਹੱਦ ਤੋਂ ਵੱਧ ਸਵਾਰੀਆਂ ਚੜ੍ਹ ਜਾਂਦੇ ਨੇ, ਕੋਈ ਘਟਨਾ ਵੀ ਵਾਪਰਦੇ ਤਾਂ ਸਾਰਾ ਜਿੰਮਾ ਜਿਹੜਾ ਡਰਾਈਵਰ ਅਤੇ ਕੰਡਕਟਰ ਦੇ ਸਿਰ 'ਤੇ? ਨਹੀਂ ਬਿਲਕੁਲ, ਇਹ ਇਹਨਾਂ ਦੀ ਗੱਲ ਜਾਇਜ਼ ਆ। ਉਹ ਇਹਦੇ ਨਾਲ ਨਾਲ ਇਹਨਾਂ ਨੂੰ ਹੋਰ ਬੱਸਾਂ ਦੀ ਭਰਤੀ ਦੀ ਜਿਹੜੀ ਡਿਮਾਂਡ ਆ ਉਹ ਵੀ ਕਰਨੀ ਚਾਹੀਦੀ ਆ। ਔਰ ਲੋਕਾਂ ਨੂੰ ਬਜਾਏ ਇਸ ਦੇ ਇਹ ਕਹਿਣ ਦੇ ਵੀ ਆਧਾਰ ਕਾਰਡ ਕਰਕੇ ਚੱਕਰ ਪਿਆ ਜਾਂ ਹੋਰ ਆ, ਲੋਕਾਂ ਨੂੰ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਅਤੇ ਉਹਦੇ ਖਿਲਾਫ ਜਿਹੜਾ ਉਹ ਲੋਕਾਂ ਨੂੰ ਇਕਜੁੱਟਤਾ ਜਿਹੜੀ ਆ ਉਹ ਕਰਨੀ ਚਾਹੀਦੀ ਆ। ਕਿੰਨਾ ਕੁ ਸਮਾਂ ਹੋ ਗਿਆ ਖੜੇ? 2 ਘੰਟੇ ਹੋ ਗਏ। ਬੱਸ ਮਿਲ ਨਹੀਂ ਰਹੀ? ਨਾ। ਕੀ ਕਹਿੰਦੇ ਨੇ ਬੱਸ ਦੇ ਡਰਾਈਵਰ? ਬੱਸ ਪਹਿਲੀ ਕੋਈ ਤਾਂ ਰੋਕਦੀ ਨਹੀਂ, ਕੋਈ ਅਸੀਂ ਲੈ ਜਾਂਦਾ ਨਹੀਂ। ਰੋਕਦੀ ਨਹੀਂ ਬੱਸਾਂ? ਸਿੱਧੀ ਲੈ ਜਾਂਦੇ? ਅਸੀਂ ਲੈ ਜਾਂਦੇ ਨੇ ਜਿਹੜਾ ਰੋਕਦਾ। 52 ਸਵਾਰੀਆਂ ਹੁੰਦੀਆਂ, 52 ਤੋਂ ਵੱਧ ਹੋ ਜਾਣ ਤਾਰ ਦਿੰਦੇ ਨੇ। ਤਾਰ ਦਿੰਦੇ ਨੇ? ਬਹੁਤ ਮਾੜੀ ਗੱਲ ਆ ਜੀ। ਤਾਂ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਨੂੰਨ ਨੂੰ? ਇਹਨੂੰ ਅਸੀਂ ਬਹੁਤ ਮਾੜੀ ਗੱਲ ਕਹਿਣਾ ਚਾਹੁੰਦੇ ਜੀ, ਭਗਵੰਤ ਮਾਨ ਦੇ ਸਭ ਤੋਂ ਪੰਜਾਬ ਸਰਕਾਰ ਦੀ ਬਹੁਤ ਮਾੜੀ ਗੱਲ ਆ ਜੀ। ਸਰ ਪੜ੍ਹਾਈ ਖਰਾਬ ਹੁੰਦੀ ਆ ਜੀ, ਅਸੀਂ ਸਟੈਨੋ ਕਰਦੇ ਹਾਂ ਜੀ, ਕਲਾਸ 'ਚ ਲੇਟ ਹੋ ਜਾਈਏ ਤਾਂ 4 ਦਿਨਾਂ ਦਾ ਬੈਨ ਲਾ ਦਿੰਦੇ ਨੇ, 100 ਰੁਪਇਆ ਭਰਨਾ ਪੈਂਦਾ ਜੀ ਜੇ ਲੇਟ ਹੋ ਜਾਈਏ ਜੀ। ਕਿੰਨੇ ਕੁ ਵਜੇ ਜਿਹੜੀ ਕਲਾਸ ਲੱਗਦੀ ਆ? 9 ਵਜੇ ਲੱਗਦੀ ਆ ਜੀ। ਟਾਈਮ ਦੇਖ ਲਓ ਜੀ ਕਿੰਨਾ ਹੋ ਗਿਆ, ਹਾਲ ਤੱਕ ਬੱਸ ਨਹੀਂ ਮਿਲੀ ਜੀ।